ਜਦੋਂ ਆਏ ਸੀ ਦਲੇਰ ਭਾਅ ਜੀ, ਉਹ ਕਹਿੰਦੇ ਕਿ ਮੀਕਾ ਭਾਅ ਜੀ ਨਾ ਸ਼ੋਅ ਜ਼ਿਆਦਾ ਕਰਦੇ ਆ ਕਿ ਮੈਂ ਸ਼ਰਾਰਤੀ ਹਾਂ, ਪਰ ਹੈਗੇ ਘੱਟ ਨੇ। ਅਤੇ ਫਿਰ ਇਹ ਦੱਸੋ ਸ਼ਰਾਰਤੀ ਹੈ ਕੌਣ ਹੈ? ਇਹ ਤਾਂ ਨਹੀਂ ਵੀ ਦਲੇਰ ਭਾਅ ਜੀ ਸ਼ੋਅ ਨਹੀਂ ਕਰਦੇ, ਉਹ ਜ਼ਿਆਦਾ ਨੇ। ਮੇਰਾ ਪਤਾ ਨਹੀਂ, ਤੁਸੀਂ ਵੀ ਸਹਿਮਤ ਹੋ ਗਏ। ਮਤਲਬ ਇੱਕ ਤਾਂ ਹੁੰਦਾ ਕਿ ਮੈਂ ਪੰਗਾ ਲਵਾਂ, ਇੱਕ ਹੁੰਦਾ ਸਾਡਾ ਪੰਗਾ ਬਿਰ 'ਤੇ ਆ ਕੇ ਗਿਰ ਜਾਂਦਾ। ਮੈਂ ਕਿਤੇ ਬੈਠਾ ਹੁੰਦਾ ਪੰਗਾ, ਕਹਿੰਦਾ ਕਿੱਥੇ, ਉਹ ਤੇਰੀ ਉੱਥੇ ਆ ਕੇ ਮੇਰੇ ਵੱਜ ਜਾਂਦਾ। ਬੜੀ ਵਾਰ ਮੈਂ ਕਈ ਵਾਰ ਬੈਠਾ ਹੁੰਦਾ, ਹੁਣ ਪਿੱਛੇ ਫਿਰ ਨਿਊਜ਼ ਫੈਲਦੀ ਰਹੀ, ਕਿੰਨੀਆਂ ਨਿਊਜ਼ ਮੇਰੀ ਚੱਲਦੀ ਰਹਿੰਦੀ। ਜੀ ਜੀ ਜੀ। ਕਈ ਵਾਰ ਮੈਂ ਨਿਊਜ਼ 'ਤੇ ਦੱਸਦਾ ਵੀ ਨਹੀਂ ਹੈ ਕਿ ਹੋਰ ਨਾ ਗੱਲ ਵੱਜੇ, ਤਾਂ ਵੀ ਗੱਲ ਇੰਨੀ ਵੱਧ ਜਾਂਦੀ ਹੈ। ਔਰ ਬਾਲੀਵੁੱਡ 'ਚ ਅੱਜ ਕੱਲ੍ਹ ਸਟਾਈਲ ਹੈ ਕਿ ਲੋਕ ਤਰਸਦੇ ਨੇ ਕਿ ਉਹਨਾਂ 'ਤੇ ਕੰਟਰੋਵਰਸੀ ਹੋ ਜਾਵੇ। ਕੋਈ ਵੀ ਫਿਲਮ ਆਉਂਦੀ ਹੈ, ਸੋਚਦੇ ਯਾਰ ਸਾਡੀ ਕੰਟਰੋਵਰਸੀ ਹੋ ਜਾਏਗੀ, ਸਿੱਟ ਹੋ ਜਾਏਗੀ। ਮੇਰਾ ਹੁੰਦਾ ਕਿ ਯਾਰ ਮੈਂ ਕਿਸੇ ਤਰ੍ਹਾਂ ਬਚ ਜਾਵਾਂ, ਪਰ ਫਿਰ ਵੀ ਮੇਰੇ ਜਿੱਧਰ ਬਚ ਕੇ ਜਾਂਦੇ ਹੋ ਅੱਗੇ ਕੰਟਰੋਵਰਸੀ ਬੈਠੀ ਹੁੰਦੀ, ਇੱਧਰ ਆਏ ਹੋ। ਅਤੇ ਭਾਅ ਜੀ, ਅਸੀਂ ਜਦੋਂ ਵੀ ਦਲੇਰ ਭਾਅ ਜੀ ਨੂੰ ਮਿਲਦੇ ਹਾਂ, ਹਾਂ ਸ਼ਾਂਤ ਜੀ, ਸੁਲਝੇ ਹੋਏ ਇਨਸਾਨ, ਪਰ ਭਾਈ ਸ਼ਰਾਰਤੀ ਬੜੇ ਨੇ। ਹਾਂ ਹਾਂ, ਦੱਸੋ ਫਿਰ ਕਿੱਦਾਂ? ਇੱਕ ਵਾਰੀ ਨਾ ਇੱਕ ਫਿਲਮ ਲੱਗੀ ਸੀ ਦੋਸਤਾਨਾ, ਮੈਂ ਬਹੁਤ ਛੋਟਾ ਸੀ ਉਦੋਂ, ਮੈਨੂੰ ਪਤਾ ਵੀ ਨਹੀਂ ਦੋਸਤਾਨਾ 'ਚ ਅਮਿਤਾਭ ਬੱਚਨ ਸਾਹਿਬ ਨੇ ਔਰ ਸ਼ਤਰੂਘਨ ਸਿਨਹਾ ਹੀਰੋ ਹੈ ਜੀ। ਇੱਕ 10 ਸਾਲ ਦੇ ਬੱਚੇ ਨੂੰ, ਅੱਜ ਕੱਲ੍ਹ ਦੇ 10 ਸਾਲ ਦੇ ਬੱਚੇ ਨੂੰ ਬੜਾ ਕੁਛ ਉਹਨਾਂ ਨੂੰ ਬਹੁਤ ਪਤਾ ਹੁੰਦਾ ਹੈ। ਉਸ ਵੇਲੇ ਸਾਨੂੰ ਪਤਾ ਨਹੀਂ ਸੀਗਾ, ਅਰੇ ਬੜੀ ਸੋਹਣੀ ਫਿਲਮ ਆਈ, ਤਾਂ ਮੈਂ ਫਿਲਮ ਦਿਖਾ ਕੇ ਲਿਆਉਂਦਾ ਹੈ। ਅਤੇ ਮੈਂ ਸੋਚ ਰਿਹਾ, ਮੈਨੂੰ ਕਿਉਂ ਕਹਿ ਰਹੇ ਨੇ? ਫਿਰ ਕਹਿੰਦੇ ਨੇ ਤੁਸੀਂ ਪਾਪਾ ਜੀ ਨੂੰ ਕਹਿ ਕੇ ਪੈਸੇ ਦੇਣਾ, ਆਪਾਂ ਫਿਲਮ ਦੇਖ ਕੇ। ਤੋ ਮੈਂ ਬੜਾ ਜ਼ਿੱਦ ਕਰ ਗਿਆ ਉਦੋਂ, ਮੇਰੇ ਖਿਆਲ 50 ਪੈਸੇ ਪਤਾ ਨਹੀਂ, ਬਹੁਤ ਸਸਤੀ ਟਿਕਟ ਹੁੰਦੀ ਸੀ, ਲੇਕਿਨ ਬੜੀ ਮਹਿੰਗੀ ਲੱਗਦੀ ਉਸ ਵੇਲੇ। ਏਸੀ ਹੁੰਦਾ ਨਹੀਂ ਸੀਗਾ, ਪਤਾ ਨਹੀਂ ਠੰਡੀ ਹਵਾ ਕਿਸ ਤਰ੍ਹਾਂ ਆਉਂਦੀ ਸੀ ਸਿਨੇਮਾ ਹਾਲ 'ਚ। ਅਸੀਂ ਚਲ ਗਏ ਸਾਈਕਲ 'ਤੇ ਭਾਈ ਜਰਾ ਰਹੇ, ਚੱਲਦੇ ਚੱਲਦੇ ਇੱਕ ਭੈਣ ਜੀ ਨਿਕਲੇ ਨੇ, ਉਹ ਪਤਾ ਨਹੀਂ ਕਿਉਂ ਸਾਈਕਲ ਵਿੱਚ ਮਾਰੇ ਜਾ ਕੇ ਉਹਦੇ। ਅੱਛਾ, ਸਾਈਕਲ ਵੱਜਿਆ, ਉੱਤਰਦੇ ਮੈਨੂੰ ਚਪੇੜਾ ਮਾਰਨੀ ਸ਼ੁਰੂ ਕਰ ਦਿੱਤੀਆਂ ਦਲੇਰ ਭਾਈ ਨੇ। ਦਲੇਰ ਭਾਅ ਜੀ ਨੇ ਤਾਂ ਮੈਨੂੰ ਪਤਾ ਨਹੀਂ ਕਿ ਕਿਉਂ ਕੁੱਟ ਰਹੇ, ਕਹਿੰਦਾ ਤੂੰ ਬ੍ਰੇਕਾਂ ਕਿਉਂ ਨਹੀਂ ਮਾਰੀਆਂ? ਮੈਂ ਕਿਹਾ ਯਾਰ ਸਾਈਕਲ ਤੂੰ ਹੀ ਚਲਾ ਰਹੇ ਹੋ, ਬ੍ਰੇਕਾਂ ਮੈਂ ਕਿੱਥੋਂ ਮਾਰਾਂਗਾ? ਇੰਨਾ ਕੁੱਟਣ ਲੱਗ ਗਏ ਤਾਂ ਵਿਚਾਰੀ ਜਿਹੜੀ ਜਨਾਨੀ ਸੀ ਉਹਨੂੰ ਤਰਸ ਆ ਗਿਆ, ਛੱਡ ਦਿਓ ਵਿਚਾਰੇ ਨੂੰ, ਰਹਿਣ ਦੇਣ ਦਿਓ, ਬੱਚੇ ਨੂੰ ਨਾ ਮਾਰੋ, ਇਹੋ ਜਿਹੀਆਂ ਸ਼ਰਾਰਤਾਂ ਬਣੀਆਂ ਕਰਦੇ। ਮਤਲਬ ਆਪ ਬਚਣ ਵਾਸਤੇ ਤੁਹਾਨੂੰ ਕੁੱਟਤਾ? ਹਾਂ, ਫਿਰ ਉਹਨਾਂ ਨੂੰ ਪੂਰੇ ਭਰਾ ਮੇਰੇ ਸਾਰੇ ਮੇਰੇ ਤੋਂ ਸੜਦੇ, ਕਿਉਂਕਿ ਪੈਸਾ ਸਭ ਤੋਂ ਜ਼ਿਆਦਾ ਮੈਨੂੰ ਮਿਲਦਾ ਸੀਗਾ ਮੰਮੀ ਔਰ ਡੈਡੀ ਵੱਲੋਂ, ਅਤੇ ਲਾਡਲਾ ਸੀ ਸਭ ਤੋਂ ਛੋਟਾ ਮੈਂ, ਅਤੇ ਗੁੱਸਾ ਸਾੜਾ ਸੀਗਾ ਦਾ ਸੀਗਾ। ਅਤੇ ਇੱਕ ਗੇਮ ਬਣਾ ਲਈ ਉਹਨਾਂ ਨੇ ਮੈਨੂੰ ਚਪੇੜ ਮਾਰਨ ਦੀ, ਅਤੇ ਪਹਿਲਾਂ ਇੱਕ ਦੂਜੇ ਨੂੰ ਮਾਰਦੇ ਸੀ, ਫਿਰ ਮੇਰੇ ਮਾਰਦੇ ਸੀ, ਜਦੋਂ ਪਹਿਲਾਂ ਐਵੇਂ ਟਿਕ ਟਿਕ ਟਿਕ, ਫਿਰ ਮੇਰੇ ਨਾਲ ਜ਼ੋਰ ਨਾਲ ਮਾਰਦੇ ਸੀ, ਅਤੇ ਮੇਰਾ ਨਾ ਮੂੰਹ ਲਾਲ ਹੋ ਜਾਂਦਾ ਸੀ ਪੂਰਾ, ਅਤੇ ਜਦੋਂ ਮੈਂ ਰੋਣਾ, ਕਹਿੰਦੇ ਬੱਬੂ ਆਹ ਗੇਮ ਹੈਗੀ ਹੈ, ਬੱਬੂ ਆ ਫਿਰ ਚਪੇੜ, ਫਿਰ ਬੱਬੂ ਆ, ਫਿਰ ਚਪੇੜ, ਬੱਬੂ ਆ, ਅਤੇ ਬੜੇ ਸਾਲ ਮੈਨੂੰ ਲੱਗਿਆ ਗੇਮ ਹੈਗੀ ਹੈ, ਅਤੇ ਬਾਅਦ ਪਤਾ ਚੱਲਿਆ ਕਿ ਮੈਨੂੰ ਕੁੱਟਦੇ ਹੁੰਦੇ ਸੀ ਫੜ ਕੇ। ਫਿਰ ਮੈਂ ਭਾਈ ਤੋਂ ਬਦਲਾ ਲਿਆ ਬੜੇ ਸਾਲਾਂ ਬਾਅਦ। ਭਾਈ ਦੀ ਫੇਵਰੇਟ ਗੱਡੀ ਹੈਗੀ ਹਮਰ, ਹਾਂ, ਅਤੇ ਜਦੋਂ USA ਗਏ ਸੀ ਉਦੋਂ ਤੋਂ ਉਹਨਾਂ ਨੂੰ ਇਹ ਗੱਡੀ ਬਹੁਤ ਪਸੰਦ ਸੀਗੀ। ਉਹ ਕਹਿੰਦੇ ਕਿ ਮੈਂ ਜਿੱਦਣ ਅਮੀਰ ਹੋਊਂਗਾ, ਜਿੱਦਣ ਮੈਂ ਰੱਬ ਨੇ ਮੈਨੂੰ ਪੈਸਾ ਦਿੱਤਾ, ਅਤੇ ਮੇਰੀ ਇਹ ਮੇਰੀ ਡ੍ਰੀਮ ਕਾਰ ਹੈ, ਮੇਰੀ ਵੀ ਡ੍ਰੀਮ ਕਾਰ ਉਹ ਸੀਗੀ। ਹੁਣ ਮੈਨੂੰ ਸਾੜਾ ਪੈ ਗਿਆ ਕਿ ਯਾਰ ਇਹ ਵੱਡਾ, ਇਹਨੇ ਲੈ ਲੈਣੀ ਆ, ਔਰ ਇਹਦੇ ਕੋਲ ਪੈਸੇ ਵੀ ਜ਼ਿਆਦਾ ਹੈਗੇ ਨੇ। ਇਹ ਭਾਅ ਜੀ ਨੇ ਗੱਡੀ ਲੈ ਕੇ ਆਏ ਹਮਰ ਆਪਣੇ ਫਾਰਮ 'ਤੇ। ਅੱਛਾ, ਹਰਜੀਤ ਭਾਅ ਜੀ, ਜਿਵੇਂ ਗੱਡੀ ਆਈ ਤਾਂ ਮੈਨੂੰ ਕਹਿੰਦੇ ਯਾਰ ਦੇਖ ਮੇਕੇ ਕਿੰਨੀ ਸੋਹਣੀ ਗੱਡੀ ਹੈ, ਹਮਰ ਮੈਂ ਲਈ ਹੈ, H2 ਹੈਮਰ, ਪਹਿਲੀ ਹਮਰ ਹੈਗੀ ਇੰਡੀਆ 'ਚ, ਇਹ ਮੈਂ 2001 ਦੀ ਗੱਲ ਕਰ ਰਿਹਾ ਜੀ ਜੀ। ਮੈਂ ਕਿਹਾ ਭਾਅ ਜੀ ਬਹੁਤ ਘਟੀਆ ਗੱਡੀ ਹੈ, ਇੰਨੀ ਬਕਵਾਸ ਗੱਡੀ ਹੈ, ਇੱਥੇ ਤਾਂ ਇਹਦੀ ਸਰਵਿਸ ਨਹੀਂ ਹੁੰਦੀ। ਕਹਿੰਦਾ ਸਹੀ ਕਹਿ ਰਿਹਾ, ਮੈਂ ਕਿਹਾ ਤੁਸੀਂ ਪੁੱਛ ਲਓ ਉਹਨੂੰ, ਬੁਲਾਓ ਜਿਹਨੂੰ ਲਿਆ। ਮੈਂ ਕਿਹਾ ਮਕੈਨਿਕ ਪੁੱਛਿਆ, ਦੱਸੋ ਇਹਦੀ ਸਰਵਿਸ, ਕਹਿੰਦੇ ਨਹੀਂ ਸਰਵਿਸ। ਮੈਂ ਕਿਹਾ ਇਹਦੇ ਪਾਰਟਸ ਮਿਲਦੇ ਨੇ ਇੱਥੇ, ਕਹਿੰਦੇ ਪਾਰਟਸ ਲਈ ਤੁਹਾਨੂੰ ਦੁਬਈ ਜਾਣਾ ਪਏਗਾ। ਮੈਂ ਕਿਹਾ ਇੰਨੀ ਘਟੀਆ ਗੱਡੀ ਦੇ ਦਲੇਮ ਇੰਨੀ ਬੈਠੇਗਾ? ਮੈਂ ਤੁਹਾਨੂੰ ਮੈਂ ਕਿਹਾ ਤੁਸੀਂ ਵੱਡੀ ਗੱਡੀ ਲਓ। ਭਾਈ ਨੇ ਵਿਚਾਰਿਆਂ ਨੇ ਉਸੇ ਦਿਨ ਮੇਰਾ ਕਹਿਣਾ ਮੰਨ ਕੇ ਵਾਪਸ ਕਰਤੀ, ਦੂਜੇ ਦਿਨ ਮੈਂ ਲੈ ਕੇ ਆ ਗਿਆ।